ਆਹ ਕੋਣ ਜਿਹੜਾ ਤੁੜੀ ਪੰਦਾ ਪਿਆ ਜਿਹੜੀ ਸਪੀਡ ਨਾਲ ਪੰਦਾ ਪਿਆ ਕੋਈ ਚੋਰੀ ਲੱਗਦਾ ਮੈਨੂੰ ਤਾਂ ਉਹ ਭਾਈ ਜਾਨ ਕਿਦੋਂ ਨਾਚ ਲੋ ਗਿਆ ਯਾਕਦਮ ਉਹ ਕਿਸੇ ਕੋਲੋਂ ਪੁੱਛੇ ਵੀ ਹੈ ਪੰਡ ਤਾਂ ਜੋੜ ਕੇ ਖੜ ਗਏ ਜਿਵੇਂ ਰੱਦ ਸੀਦੇ ਚ ਕਿਸੇ ਕੋਲੋਂ ਪੁੱਛਿਆ ਜੀ ਆਪਣੇ ਮੂੰਹ ਸਰੀ ਲੱਗੇ ਹੋਇਆ ਤੇ ਤੁਹਾਡੇ ਵੱਡੇ ਭਾਈ ਤੇ ਪੁੱਛਿਆ ਕਿਹੜੇ ਟਾਈਮ ਪੁੱਛ ਲੈ ਤੂੰ ਵੱਡੇ ਭਰਾ ਕੋਲ ਕਰ ਲਵਾਂ ਤਸੱਲੀ ਮੈਂ ਕੱਲ ਪੁੱਛਿਆ ਉਸ ਕੋਲੋਂ ਚਲੋ ਮੈਂ ਪੁੱਛਦਾ ਫੋਨ ਕਰਕੇ ਇੱਕ ਮਿੰਟ ਰੁੱਕ ਜਾ ਮਾਰਿਆ ਤੇ ਝੂਠ ਹੈ ਅੱਲਾ ਮੇਰੇ ਪਰਦੇ ਰੱਖੇ ਬੜਾ ਘਟੀਆ ਬੰਦਾ ਝੋਲੀ ਭੋਂ ਦੇ ਪਿੱਛੇ ਤਸੱਲੀਆਂ ਕਰਨ ਲੱਗ ਗਿਆ ਇਸ਼ਾਰਾ ਤਾਂ ਨਾ ਕਰੀ ਨਾ ਮੇਰੇ ਸੋਸ ਅਸਲਾਮ ਅਲੈਕੁਮ ਓਏ ਹਾਲੇ ਓਏ ਹਾਂ ਬਾਈ ਕੀ ਹਾਲ ਨੇ ਮਰ ਗਏ ਖਰੀਅਤ ਬਾਈ ਮੈਂ ਆ ਸੀ ਆ ਪੈਲੀ ਚ ਫੇਰਾ ਮਾਰਨ ਤੇ ਹਾਂ ਭੋਂ ਦੀ ਅੜੀ ਗੱਲ ਟਕਾ ਆਪਣੀ ਤੂੰ ਪਤਾ ਨਹੀਂ ਕਿੱਥੇ ਗਿਆ ਆ ਉੱਥੇ ਆਇਆ ਸੀ ਜੇ ਮੈਂ ਗਾਹ ਨੂੰ ਔਖੇ ਦੇਖਿਆ ਤਾਂ ਰਾਜਾ ਸਾਹਿਬ ਜਨਾਬ ਤੂੜੀ ਦੀ ਪੰਡ ਬਣ ਕੇ ਖੜੇ ਨੇ ਜੇ ਮੈਂ ਪੁੱਛਿਆ ਤਾਂ ਕਹਿੰਦਾ ਤੇਰੇ ਵੱਡੇ ਭਰਾ ਕੋਲੋਂ ਪੁੱਛਿਆ ਸੀ ਇਹਨੇ ਪੁੱਛਿਆ ਸੀ ਤੁਹਾਡੇ ਕੋਲੋਂ ਅੱਛਾ ਠੀਕ ਹੋ ਗਿਆ ਜੀ ਠੀਕ ਹੈ ਜੀ ਪੁੱਛਿਆ ਨਹੀਂ ਹੁਣ ਤਸੱਲੀ ਕਰ ਨੂੰ ਲਈ ਕੀ ਤਸੱਲੀ ਕਰ ਲਈ ਉਹ ਕਹਿੰਦਾ ਮੇਰੇ ਪੂਰੇ ਦਿਨ 'ਚ ਮੱਥੇ ਵੀ ਨਹੀਂ ਲੱਗਿਆ ਕਿਹੜੇ ਟਾਈਮ ਇਹਨੇ ਪੁੱਛ ਲਿਆ ਇੱਕ ਚੋਰੀ ਕਰਦਾ ਫਿਰ ਉੱਪਰ ਤੂੰ ਝੂਠ ਵੀ ਬੋਲਦਾ ਮੇਰੇ ਵਾਂਗੂ ਕੁਝ ਵੀ ਤੂੰ ਹੈਗਾ ਕੰਮ ਵੀ ਕੁਝ ਕਰਦਾ ਸ਼ਰਮ ਕਰ ਲੈ ਯਾਰ ਤੂੰ ਮੰਗ ਕੇ ਲੈ ਲੈਂਦਾ ਤੈਨੂੰ ਮੈਂ ਜਵਾਬ ਦੇਣਾ ਸੀ ਚੋਰੀ ਤੂੰ ਜ਼ਰੂਰੀ ਕਰਨੀ ਸੀ ਯਾਰ ਕਮਾਲ ਆ ਤੇਰੇ ਵਾਲੀ ਯਾਰ ਬਾਈ ਕੀ ਹੋਇਆ ਉਹ ਹੋਣਾ ਕੀ ਸੀ ਯਾਰ ਮੈਂ ਪੈਲੀ 'ਚ ਫਿਰ ਮਾਰਾ ਅੱਗੋਂ ਦੇਖਿਆ ਤਾਂ ਜਨਾਬ ਪੰਡ ਬਣ ਕੇ ਤੂੜੀ ਦੀ ਖੜਿਆ ਕਹਿੰਦਾ ਤੇਰੇ ਕੋਲ ਭਰਾ ਕੋਲੋਂ ਪੁੱਛਿਆ ਸੀ ਜੇ ਮੈਂ ਭਾਈ ਕੋਲੋਂ ਪੁੱਛਿਆ ਕਹਿੰਦਾ ਇਹਨੇ ਝੂਠ ਮਾਰਿਆ ਕੋਈ ਗੱਲ ਵੀ ਨਹੀਂ ਕਿ ਮੇਰੇ ਮੱਥੇ ਨਹੀਂ ਲੱਗੇ ਬਾਈ ਜਾਨ ਜੀ ਅੱਗ ਵੀ ਨਹੀਂ ਕਰਿਆ ਸਮਝ ਆਈ ਘਰ ਜਾ ਕੇ ਦੇਖ ਲਏ ਇਸਕਾ ਕੋਠਾ ਭਰਿਆ ਬੜਾ ਤੂੜੀ ਗਿਆ ਜੋ ਮੈਂ 10 ਵਾਰੀ ਹੋ ਗਿਆ ਵੀ ਲੋਕ ਮੇਰੇ ਦੁਕਾਨ ਪਾਵਾ ਗਿੱਲਾ ਦੇਵਾਂ ਇਹ ਕਹਾਂ ਬਈ ਤੂੰ ਮਾਰੀ ਨਾ ਤੂੜੀ ਚੋਰੀ ਹੋ ਗਿਆ ਤੇ ਦੂਸਰੀ ਬਾਤ ਇਹ ਹੈ ਬਈ ਨਾ ਜੋ ਬੜਾ ਭਾਈ ਆ ਜਾ ਨਾ ਪਕੜ ਲਿਆ ਤਾਂ ਕਹਾਂ ਛੋਟੇ ਭਾਈ ਵੀ ਤਾਂ ਪੁੱਛਾ ਤਾ ਛੋਟਾ ਭਾਈ ਆ ਜਾ ਬੜੇ ਭਾਈ ਵੀ ਤਾਂ ਪੁੱਛਾ ਤਾ ਇਹ ਦੋਨੋਂ ਰਲ ਕਾ ਜਾ ਕਹਾਂ ਮਾਨ ਤੇਰੇ ਅੱਬੇ ਵੀ ਤਾਂ ਪੁੱਛਾ ਤਾ ਇਸਕਾ ਕੰਮ ਹੀ ਹੋ ਜਾ ਮੇਰੇ ਭਾਈ ਆ ਹੁਣ ਸੁਣ ਲਾ ਇਹ ਤਾਂ ਮੇਰਾ ਮੁਖਾਲਿਫ ਹੈ ਇਸ ਤੇ ਗੱਲ ਕਰਨੀ ਹੈ ਮੁਖਾਲਿਫ ਕਿ ਮੈਂ ਕੋ ਤੇਰੇ ਇਲੈਕਸ਼ਨ ਦੇ ਮੁਕਾਬਲੇ ਮ ਖੜਾ ਹੋਗਾ ਖੁਦਾ ਕੇ ਬੰਦੇ ਹਾਂ ਤੂੰ ਐਮਪੀ ਦੀ ਸੀਟ ਲੜਦਾ ਪਿਆ ਜਿਹੜਾ ਤੇਰੇ ਮੁਖਾਲਿਫ ਕਮਾਲ ਹੋ ਗਈ ਬਈ ਉਹਨੇ ਗੱਲ ਸੱਚੀ ਕਰਤੀ ਉਹਨੂੰ ਮੁਖਾਲਿਫ ਹੋ ਗਿਆ ਆ ਬਾਈ ਮੈਨੂੰ ਸਰ ਦੋਨੋਂ ਬਰ ਕੁਛ ਨਹੀਂ ਲੈਣਾ ਕੋਈ ਸ਼ਰਮ ਕਰ ਲਾ ਸ਼ਰਮ ਕਰ ਲਾ ਮਿਹਰਬਾਨੀ ਤੇਰੀ ਆ ਚੋਰੀ ਨਾ ਕਰ ਤੂੰ ਮੰਗ ਕੇ ਸ਼ਾ ਲੈ ਲੈ ਕਰ ਯਾਰ ਅੱਜ ਤਾਂ ਤੂੰ ਇਹ ਕੰਮ ਕੀਤਾ ਗਾਹਾਂ ਤੇ ਕੰਮ ਨਹੀਂ ਕਰਨਾ ਚੀਜ਼ ਮੰਗ ਕੇ ਲੈ ਲੈਣੀ ਹੈ ਤੁਸੀਂ ਮੰਗਾ ਦਿੰਦੇ ਹੋ ਤੁਹਾਡਾ ਇਹੋ ਹਾਲ ਹੈ ਤੇ ਇਹੋ ਇਲਾਜ ਕਰ ਲੋ ਗੱਲ ਇੱਕ ਚੋਰੀ ਨਾ ਮਾਫੀ ਨਾ ਸੋਰੀ ਉੱਪਰੋਂ ਸੀਨਾ ਜੋਰੀ ਬੱਲੇ ਉਹ ਚੋਰਾ ਸ਼ਾਮ ਕਰ ਲਾ ਥੋੜਾ ਹਲਾ ਹੁਣ ਗਲਤੀ ਦੀ ਮਾਫੀ ਦੇ ਵਾ ਹੁਣ ਮੈਂ ਇਹੀ ਗੱਲ ਤੂੰ ਪਹਿਲੇ ਕਰ ਲੈਂਦਾ ਅੱਜ ਤਾਂ ਤੂੰ ਇਹ ਕੰਮ ਕੀਤਾ ਜੇ ਤੂੰ ਗਾਹਾਂ ਨੂੰ ਇਹ ਕੰਮ ਕੀਤਾ ਮੈਂ ਤੈਨੂੰ ਪੁਲਿਸ ਕੋਲੋਂ ਛਿੱਤਰ ਮਰਵਾਉਣੇ ਨੇ ਤੈਨੂੰ ਪਤਾ ਪੁਲਿਸ ਕੁੱਟਦੀ ਵੀ ਬਹੁਤ ਆ ਸ਼ਾਹ ਜੀ ਹੁਣ ਮਾਫੀ ਦਿਓ ਬਾਤ ਨਾ ਕਰੇ ਸਾਨੂੰ ਤੇ ਪੁਲਿਸ ਦੀ ਤੈਨੂੰ ਕਹਾਵਤ ਤੱਕ ਯਾਦ ਹੀ ਹੋਣੀ ਕਿ ਪੁਲਿਸ ਕੀ ਮਾਰ ਸੇ ਇਨਸਾਨ ਮਰ ਤੋਂ ਨਹੀਂ ਜਾਂਦਾ ਫਰਾ ਲੇਕਿਨ ਚੱਲਨੇ ਫਿਰਨੇ ਕੇ ਅੰਦਾਜ਼ ਤੋਂ ਬਦਲ ਜਾਂਦੇ ਹੈ ਕਾਕਾ ਤੇਰੇ ਅੰਦਾਜ਼ ਪਹਿਲੇ ਹੀ ਬੜੇ ਬਦਲੇ ਹੋਏ ਨੇ ਇੰਨਾ ਨਹੀਂ ਕੰਮ ਕਰਨਾ ਅੱਗੇ ਤੋਂ ਕਾਕਾ ਚੱਲ ਚੱਕ ਇਹ ਚੱਕ ਲੈਂਗਾ ਸਹੀ ਪਾਣ ਤੋਂ ਪਹਿਲਾਂ ਆਪਣੀ ਸਿਹਤ ਕੰਨੀ ਤਾਂ ਦੇਖ ਲੈਂਦਾ ਜੇ ਚੁੱਕਦਾ ਤੇਰੀ ਗਰਦਨ ਟੁੱਟ ਜਵੇ ਫੇਰ ਲੋਕਾਂ ਨੇ ਇਹੀ ਕਹਿਣਾ ਬਈ ਚੋਰੀ ਕਰਦਿਆਂ ਮਰ ਗਿਆ ਚਲੋ ਮੈਂ ਹੱਥ ਲਵਾ ਦੇਣਾ ਕੋਈ ਨਹੀਂ